26 ਨਹੀਂ 24 24 ਜਾਣਾ ਚਾਹੀਦਾ ਕੀ ਮੰਨਦੇ ਹੋ ਕਿ ਕਾਲਿੰਗ ਜਿਹੜੀ ਹੈਗੀ ਹੈ ਜਥੇਬੰਦੀ ਦੀ 26 ਤਰੀਕ ਦੀ ਹੈ ਸਾਨੂੰ ਘੱਟ ਤੋਂ ਘੱਟ 2 ਦਿਨ ਚਾਹੀਦੇ ਨੇ ਅੱਗੇ ਜਾਣ ਵਾਸਤੇ ਲੈ ਜੀ ਹੁਣ ਅਸੀਂ ਅੰਬਾਲੇ ਤੋਂ ਚੱਲੇ ਸੀ ਆਉਣ ਵਾਸਤੇ ਤੁਹਾਨੂੰ 3 ਦਿਨ ਲੱਗੇ ਸੀ ਹੈ ਨਾ ਇਹਦਾ ਹੱਥ ਜੋੜ ਕੇ ਬੇਨਤੀ ਹੈ ਜਥੇਬੰਦੀਆਂ ਨੂੰ 24 ਦਾ ਪ੍ਰੋਗਰਾਮ ਦੇਹੋ ਵੀ 26 ਨੂੰ ਗੱਲ ਨਹੀਂ ਬਣਦੀ ਸਾਡੀ ਬੈਰੀਕੇਡ ਤੋੜੇ ਸੀ ਉਸ ਬਾਅਦ ਦਿੱਲੀ ਪਹੁੰਚੇ ਹੋ ਤੁਸੀਂ ਕਿਸੇ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਪਹਿਲਾਂ 1947 ਚ ਕਰਾਇਆ ਸੀ ਹੁਣ ਵੀ ਉਹੀ ਮਤਲਬ ਦੁਬਾਰਾ ਫਿਰ ਉਹੀ ਮਾਹੌਲ ਹੈ ਵੀ ਦੇਸ਼ ਆਜ਼ਾਦ ਕਰਾਉਣਾ ਉਹਦੀ ਲੜਾਈ ਅਸੀਂ ਸਾਰੇ ਨਾਲ ਮਿਲ ਕੇ ਲੜ ਰਹੇ ਹਾਂ ਸਾਡੇ 60 ਕਿਸਾਨ ਸ਼ਹੀਦ ਹੋ ਗਏ ਅੱਜ ਤੱਕ ਇੱਕ ਬਿਆਨ ਨਹੀਂ ਆਇਆ ਅਰਦਾਸ ਕਰਦੇ ਹਾਂ ਕਿ ਰੱਬ ਜੀ ਇਹਨੂੰ ਚੱਕ ਲਿਓ ਠੀਕ ਹੈ ਇਹਨੇ ਦੇਸ਼ ਦਾ ਸੱਤਿਆਨਾਸ਼ ਕਰ ਦੇਣਾ ਹੈ ਅਸੀਂ ਬੜੀ ਇੱਜ਼ਤ ਕਰਦੇ ਹਾਂ ਸੁਪਰੀਮ ਕੋਰਟ ਦੀ ਕਰਦੇ ਜਦ ਤੱਕ ਸਾਡੇ ਹੱਕ ਦੀ ਗੱਲ ਕਰੇਗਾ ਕੱਲ੍ਹ ਫੈਸਲਾ ਕਰ ਦੇਗਾ ਵੀ ਹਾਂ ਇਹਨੂੰ ਉਠਾ ਦਿਓ ਇੱਥੋਂ ਭੁੱਲ ਜੇ ਸੁਪਰੀਮ ਕੋਰਟ ਵੀ ਉੱਠਣਾ ਨਹੀਂ ਅਸੀਂ ਇੱਥੋਂ ਜਿੰਨਾ ਸਰਕਾਰ ਨੇ ਨੱਪਣ ਦੀ ਕੋਸ਼ਿਸ਼ ਕੀਤੀ ਲੱਗਦਾ ਕਿ ਉਹਨਾਂ ਬੈਕ ਬਾਉਂਸ ਹੋਇਆ ਸਾਨੂੰ ਮਜ਼ਬੂਤੀ ਇਹਨਾਂ ਨੇ ਕੀਤਾ ਨਾ ਇਹ ਬੈਰੀਕੇਡ ਰੋਕਦੇ ਸਾਨੂੰ ਬਰਾੜੀ ਗਰਾਊਂਡ 'ਚ ਰੱਖ ਲੈਂਦੇ ਸਾਡਾ ਬਣਨਾ ਹੀ ਕੁਛ ਨਹੀਂ ਸੀ ਸਾਡੇ ਤਾਂ ਘਰ ਦੇ ਹੁਣ ਮੇਰੀ ਮਾਤਾ ਵੀ ਜਦ ਵੀ ਨਾ ਪੁਲਿਸ ਵਾਲੇ ਸਾਡੇ ਗੇਟ ਜਾਂਦੇ ਨੇ ਨਾ ਡੰਡਾ ਲੈ ਕੇ ਸਵਾਗਤ ਕਰਦੇ ਉਹਨਾਂ ਦਾ ਵੀ ਬਾਹਰ ਨਿਕਲੋ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ 'ਤੇ ਤੁਹਾਡਾ ਸਭ ਦਾ ਸਵਾਗਤ ਹੈ ਜਿਸ ਤਰੀਕੇ ਨਾਲ 26 ਨਵੰਬਰ ਨੂੰ ਬੈਰੀਕੇਡ ਤੋੜ ਕੇ ਪੰਜਾਬ ਹਰਿਆਣਾ ਦਿੱਲੀ ਵਿੱਚ ਆਇਆ ਸੀ ਉਸ ਤੋਂ ਬਾਅਦ ਪਰਚੇ ਦਰਜ ਹੋਏ ਸੀ ਨਵਦੀਪ ਜਿਸ ਨੂੰ ਵਾਟਰ ਕੈਨਨ ਦੇ ਨਾਮ ਤੋਂ ਜਾਣਿਆ ਜਾਂਦਾ ਉਸ ਨਾਲ ਗੱਲਬਾਤ ਕਰਾਂਗੇ ਹੁਣ ਕਿਸ ਤਰ੍ਹਾਂ ਤਿਆਰੀ ਕੀਤੀ ਹੈ ਕਿ ਨਵਦੀਪ ਹੁਣ ਫਿਰ ਅੱਗੇ ਹੋਣਗੇ ਉਹ ਦੂਸਰਾ ਸਭ ਤੋਂ ਵੱਡਾ ਸਵਾਲ ਹੈ ਕਿ ਜਿਹੜੇ ਪਰਚੇ ਦਰਜ ਹੋਏ ਨੇ ਉਸ ਨੂੰ ਲੈ ਕੇ ਕੀ ਚਰਚਾ ਚੱਲਦੀ ਪਈ ਹੈ ਪਿਤਾ ਜੀ ਦੇ ਵੀ ਪਰਚੇ ਹੋ ਗਏ ਭਾਈ ਤੇ ਵੀ ਪਰਚੇ ਹੋ ਗਏ ਆਪਦੇ ਖੁਦ ਤੇ ਵੀ ਪਰਚੇ ਹੋ ਗਏ ਇਹ ਦਾਦਾ ਕਤਲ ਦਾ ਪਰਚਾ ਦਰਜ ਹੋਇਆ ਹੈ ਜਿਸ ਤਰੀਕੇ ਨਾਲ ਬੈਰੀਕੇਡ ਤੋੜ ਕੇ ਆਏ ਸੀ ਆਪਾਂ ਨਵਦੀਪ ਨਾਲ ਗੱਲਬਾਤ ਕਰਾਂਗੇ ਨਵਦੀਪ ਇਹ ਸਵਾਲ ਪਹਿਲਾਂ ਇਹੀ ਹੈ ਤੁਸੀਂ ਹੁਣ ਜ਼ਿਕਰ ਕਰਦੇ ਸੀ ਕਿ 26 ਨਹੀਂ 24 24 ਜਾਣਾ ਚਾਹੀਦਾ ਕੀ ਮੰਨਦੇ ਹੋ ਕਿਉਂਕਿ ਕਾਲਿੰਗ ਜਿਹੜੀ ਹੈਗੀ ਹੈ ਜਥੇਬੰਦੀ ਦੀ 26 ਤਰੀਕ ਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜਿਹੜੀ ਸਾਡੀ ਪਰਸਨਲ ਰਾਏ ਹੈ ਉਹੀ ਹੈ ਵੀ 24 ਦਾ ਹੋਣਾ ਚਾਹੀਦਾ ਜੀ 24 ਨੂੰ ਸਾਨੂੰ ਘੱਟ ਤੋਂ ਘੱਟ 2 ਦਿਨ ਚਾਹੀਦੇ ਨੇ ਅੱਗੇ ਜਾਣ ਵਾਸਤੇ ਹੁਣ ਅਸੀਂ 26 ਨੂੰ ਚੱਲਾਂਗੇ 4 ਘੰਟੇ ਵੀ ਰੋਕ ਲਏ ਕਿਉਂਕਿ ਟਾਈਮ ਤਾਂ ਲੱਗਦਾ ਹੈ ਜੀ ਹੁਣ ਅਸੀਂ ਅੰਬਾਲੇ ਤੋਂ ਚੱਲੇ ਸੀ ਆਉਣ ਵਾਸਤੇ ਤੁਹਾਨੂੰ 3 ਦਿਨ ਲੱਗੇ ਸੀ ਹੈ ਨਾ ਹੁਣ ਇਹ ਅਗਲੇ ਨੇ ਜਗਾੜ ਵੀ ਫਾਲਤੂ ਨੇ ਇੱਥੋਂ ਹੈ ਨਾ ਤਾਂ ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਸਾਨੂੰ 24 ਦਾ ਹੱਥ ਜੋੜ ਕੇ ਬੇਨਤੀ ਹੈ ਜਥੇਬੰਦੀਆਂ ਨੂੰ ਵੀ ਸਾਰਿਆਂ ਦੀ ਪਬਲਿਕ ਦੀ ਇੱਥੇ ਆਪਣਾ ਫੀਲਿੰਗ ਨੂੰ ਸਮਝੋ ਅਤੇ 24 ਦਾ ਪ੍ਰੋਗਰਾਮ ਦੇਹੋ ਵੀ 26 ਨੂੰ ਗੱਲ ਨਹੀਂ ਬਣਨੀ ਸਾਡੀ ਵੀ 2 ਦਿਨ ਪਹਿਲਾਂ ਜਾਣਾ ਚਾਹੀਦਾ 26 ਦਾ ਤੁਸੀਂ ਜਿਵੇਂ ਕਿਹਾ ਟਾਈਮ ਲੱਗੂ ਹਾਂ ਕਿਉਂਕਿ 26 ਨੂੰ ਇਹ ਸਾਡਾ ਦੇਸ਼ ਹੈ ਠੀਕ ਹੈ ਨਾ ਇਹਦੇ ਦੇਸ਼ 'ਚ ਸਾਡੇ ਰਾਈਟ ਨੇ ਵੀ ਅਸੀਂ ਲਾਲ ਕਿਲੇ 'ਤੇ ਜਾ ਕੇ ਕਿਸਾਨ ਪਰੇਡ ਕਰ ਸਕਦੇ ਨੇ ਹੈ ਨਾ ਕੋਈ ਵੀ ਜਾ ਕੇ ਉੱਥੇ ਸ਼ਾਮਿਲ ਹੋ ਸਕਦਾ ਤਾਂ ਅਸੀਂ ਉੱਥੇ ਸ਼ਾਮਿਲ ਹੋਵਾਂਗੇ ਅਸੀਂ ਆਪਣੇ ਦੇਸ਼ ਦਾ ਗੌਰਵ ਉੱਚਾ ਕਰਾਂਗੇ ਵੀ ਕਿਸਾਨਾਂ ਨੇ ਕਈ ਵਾਰ ਕਿਸਾਨਾਂ ਨੇ ਆਪਣਾ ਗਣਤੰਤਰ ਦਿਵਸ ਬਣਾਇਆ 26 ਤਰੀਕ ਨੂੰ ਤੁਹਾਡੇ ਦਾਦਾ ਕਤਲ ਦੇ ਪਰਚੇ ਦਰਜ ਹੋਏ ਨੇ ਬੈਰੀਕੇਡ ਤੋੜੇ ਸੀ ਉਸ ਤੋਂ ਬਾਅਦ ਦਿੱਲੀ ਪਹੁੰਚੇ ਹੋ ਤੁਸੀਂ ਕਿਸੇ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਹੈ ਕਿ ਝੂਠੇ ਪਰਚੇ ਦਰਜ ਹੋਏ ਨੇ ਵੀ ਬਾਰਡਰ ਕੈਨਨ ਨਾਲ ਤਾਂ ਕਿਸੇ ਦੀ ਜਾਨ ਲਿੱਤੀ ਨਹੀਂ ਜਾਂਦੀ ਮੈਂ ਤਾਂ ਸੁਣਿਆ ਨਹੀਂ ਕਿਸੇ ਨੇ ਬਾਰਡਰ ਕੈਨਨ ਸਰਕਾਰਾਂ ਕਹਿ ਰਹੀਆਂ ਨੇ ਹੁਣ ਇਹ ਪਰਚੇ ਦਰਜ ਸਰਕਾਰ ਨੇ ਕਿਹਾ ਬਾਰਡਰ ਕੈਨਨ ਇਹਨਾਂ ਨੇ ਬਾਰਡਰ ਕੈਨਨ ਮੋੜਤੀ ਤਾਂ ਇਹਨਾਂ ਨੇ ਕਿਹਾ ਵੀ ਹਾਂ ਇਹਨਾਂ ਨੇ ਤਾਂ ਬਈ ਬੰਦੇ ਮਾਰਨ ਦੀ ਕੋਸ਼ਿਸ਼ ਕੀਤੀ ਹੈ ਬਾਕੀ ਹੁਣ ਸਰਕਾਰਾਂ ਜ਼ਿਆਦਾ ਸਮਝਦਾਰ ਨੇ ਵੀ ਹਾਂ ਵੀ ਕਿਵੇਂ ਬਣਦਾ ਕੇਸ ਉਹਨਾਂ ਨੇ ਪਾਤੇ ਸਾਡੇ ਤੇ ਹੈ ਨਾ ਨਹੀਂ ਜਿਸ ਤੁਸੀਂ ਵਾਟਰ ਕੈਨਨ ਮੂੰਹ ਮੋੜਤਾ ਇਰਾਦਾ ਕਤਲ ਜਦੋਂ ਪਛਾਣਾ ਮਾਰੇ ਸੀ ਫਿਰ ਕਿਹੜਾ ਪਰਚਾ ਹੋਣਾ ਚਾਹੀਦਾ ਹਾਂ ਬਸ ਇਹ ਤਾਂ ਜੀ ਫਿਰ ਹੁਣ ਸਰਕਾਰ ਹੈ ਹੁਣ ਹਿਟਲਰ ਲਸਾਈ ਤਾਂ ਹੋ ਹੀ ਰਹੀ ਹੈ ਸਾਰੇ ਹੁਣ ਇੱਕ ਦੇਸ਼ ਗੁਲਾਮੀ ਦੀ ਤਰਫ ਜਾ ਰਿਹਾ ਅਸੀਂ ਉਹਨੂੰ ਆਜ਼ਾਦ ਹੀ ਕਰਾਉਣ ਆਏ ਹੋਏ ਨੇ ਵੀ ਜਿਵੇਂ ਪਹਿਲਾਂ 1947 ਚ ਕਰਾਇਆ ਸੀ ਹੁਣ ਵੀ ਉਹੀ ਮਤਲਬ ਦੁਬਾਰਾ ਫਿਰ ਉਹੀ ਮਾਹੌਲ ਹੈ ਵੀ ਦੇਸ਼ ਆਜ਼ਾਦ ਕਰਾਉਣਾ ਉਹਦੀ ਲੜਾਈ ਅਸੀਂ ਸਾਰੇ ਨਾਲ ਮਿਲ ਕੇ ਲੜ ਰਹੇ ਹਾਂ ਸਾਰਾ ਦੇਸ਼ ਲੜ ਰਿਹਾ ਮੈਂ ਇੱਕ ਹੋਰ ਅੱਗੇ ਗੱਲ ਕਰ ਦਿੰਦਾ 60 ਤੋਂ ਜ਼ਿਆਦਾ ਕਿਸਾਨ ਸ਼ਹੀਦ ਹੋ ਗਏ ਨੇ ਕਿਸ ਨੂੰ ਜ਼ਿੰਮੇਵਾਰ ਮੰਨਦੇ ਹੋ ਇਸ 'ਤੇ ਕਿਹੜਾ ਪਰਚਾ ਦਰਜ ਹੋਣਾ ਚਾਹੀਦਾ ਇਸ ਉੱਪਰ ਉਹਨਾਂ ਨੂੰ ਜੀ ਸਲਾਮ ਹੈ ਸਾਡਾ ਜਿਹੜੇ ਆਪਣੇ ਸ਼ਹੀਦ ਹੋਏ ਨੇ ਭਾਈ ਸੀ ਆਪਣੇ ਬਜ਼ੁਰਗ ਸੀ ਹੈ ਨਾ ਸਾਡੇ ਕੋਲ ਨਾ ਇੱਕ ਕੀੜੀ ਵੀ ਮਰ ਜੇ ਨਾ ਜਾਣ ਬੁੱਝ ਕੇ ਅਸੀਂ ਰਾਤ ਨੂੰ ਨਾ ਪੈਂਦੇ ਵੀ ਸੋਚਦੇ ਹਾਂ ਵੀ ਯਾਰ ਨਾ ਕੀੜੀ ਮਰ ਗਈ ਵੀ ਗਲਤ ਹੋਇਆ ਹੈ ਨਾ ਸਾਡੇ 70 ਕਿਸਾਨ ਦੇ ਨੇੜੇ ਸ਼ਹੀਦ ਹੋ ਗਏ ਅੱਜ ਤੱਕ ਇੱਕ ਬਿਆਨ ਨਹੀਂ ਆਇਆ ਬਿਲਕੁਲ ਕਸਾਈ ਕਿਸਮ ਦਾ ਪ੍ਰਧਾਨ ਮੰਤਰੀ ਸਾਨੂੰ ਮਿਲਿਆ ਅਸੀਂ ਤਾਂ ਰੱਬ ਨੂੰ ਇਹੀ ਦੁਨੀਆ ਮਤਲਬ ਅਰਦਾਸ ਕਰਦੇ ਹਾਂ ਕਿ ਰੱਬ ਜੀ ਇਹਨੂੰ ਚੱਕ ਲਿਓ ਠੀਕ ਹੈ ਇਹਨੇ ਦੇਸ਼ ਦਾ ਸੱਤਿਆਨਾਸ਼ ਕਰ ਦੇਣਾ ਹੈ ਤਾਂ ਇਹਨੂੰ ਚੱਕ ਲਿਓ ਵੀ ਹਾਂ ਵੀ ਸਾਡੀ ਅਰਦਾਸ ਕਬੂਲ ਕਰੋ ਹੋਰ ਵੀ ਨੌਜਵਾਨ ਇੱਥੇ ਆਏ ਨੇ ਇੱਕ ਮੈਂ ਹੋਰ ਇੱਕ ਇੰਟਰਵਿਊ ਕਰ ਰਿਹਾ ਸੀ ਨੌਜਵਾਨ ਨੂੰ ਮੈਂ ਕਿਹਾ ਵੀ ਕਦੋਂ ਦੱਸ ਕੇ ਆਏ ਹੋ ਕਹਿੰਦਾ ਜੇ ਕਦੇ ਦੱਸ ਕੇ ਜਾਣਾ ਸੀ ਤਾਂ ਅਸੀਂ ਇੱਥੇ ਕੀ ਕਰਨ ਆਉਣਾ ਸੀ ਤੁਸੀਂ ਬੈਰੀਕੇਡ ਤੋੜੇ ਨੇ ਡਰ ਨਹੀਂ ਸੀ ਪਰਚਿਆਂ ਦਾ ਜੇ ਬੈਰੀਕੇਡ ਤੋੜਨੇ ਸੀ ਪਰਚਿਆਂ ਦਾ ਕਹਿੰਦਾ ਡਰ ਸੀ ਕਿਉਂਕਿ ਸਵਾਲ ਹੁੰਦੇ ਨੇ ਵੀ ਨਾ 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 ਅਸੀਂ ਕਿਹੜਾ ਸੋਚ ਸਾਨੂੰ ਪਤਾ ਹੈ ਪਰਚੇ ਹੁੰਦੇ ਨੇ ਸਾਡੇ ਦੇ 10 ਸਤੰਬਰ ਨੂੰ ਜਿਹੜੀ ਰੈਲੀ ਹੋਈ ਸੀ ਪੀਪਲੀ ਉਹਦੇ 307 ਦੇ 2 ਪਰਚੇ ਨੇ ਹੋਰ 12-15 ਧਰਾਵਾਂ ਹੋਰ ਨੇ ਉਹਦੇ 'ਚ ਸਾਡੇ ਪਰਿਵਾਰ 'ਚ ਸਾਰੇ ਪਰਿਵਾਰ 'ਚ ਤਾਂ ਸਾਡੇ ਦੇ ਪਰਚੇ ਨੇ ਇਹ ਨਹੀਂ ਅਸੀਂ ਪਰਚੇ ਪੁਰਚਿਆਂ ਨੂੰ ਅਸੀਂ ਡਰਦੇ ਹਾਂ ਤੁਸੀਂ ਸਾਨੂੰ ਹੱਲ ਕਰੋ ਮਸਲਾ ਸਾਡਾ ਅਸੀਂ ਜਿਹੜਾ ਵੀ ਕੱਟਣ ਨੂੰ ਤਿਆਰ ਹਾਂ ਆਪਣੇ ਕੌਮ ਪਿੱਛੇ ਕੋਈ ਦਿੱਕਤ ਵਾਲੀ ਗੱਲ ਨਹੀਂ ਅੱਛਾ ਜੇ ਸਿੱਖ ਨਾਲ ਵੀ ਜ਼ਿਕਰ ਹੋ ਰਿਹਾ ਸੀ ਕਿ ਨਵਦੀਪ ਨੂੰ ਮੋਹਦੇ ਲੱਗਣਗੇ ਲੱਗਣਗੇ ਮੋਹਦੇ ਲੱਗੋਗੇ ਸਭ ਤੋਂ ਅੱਗੇ ਨਹੀਂ ਇਹ ਤਾਂ ਜ਼ਿਕਰ ਹੋਣਾ ਵੀ ਨਹੀਂ ਚਾਹੀਦਾ ਇਹ ਕਿਹੜੀ ਪੁੱਛਣ ਵਾਲੀ ਗੱਲ ਹੈ ਵੀ ਹਾਂ ਤੁਸੀਂ ਲੱਗ
ਤਾਂ ਹੁਣ ਵੀ ਅਸੀਂ ਤਾਂ ਜੀ ਸਾਨੂੰ ਆਦੇਸ਼ ਦੇਣਗੇ ਸਾਡੀ ਜਥੇਬੰਦੀ ਆਪਾਂ ਉਹ ਤਾਂ ਰੱਬ ਨੇ ਡਿਸਾਈਡ ਕਰਨਾ ਵੀ ਹਾਂ ਅਸੀਂ ਕਿੱਥੇ ਮਿਲਾਂਗੇ ਉੱਥੇ ਜਾ ਕੇ। ਮੈਂ ਸਵਾਲ ਤਾਂ ਕੀਤਾ ਕਿਉਂਕਿ ਸਰਕਾਰਾਂ ਸ਼ਾਇਦ ਸੋਚਦੀ ਹੋਣਗੀਆਂ ਵੀ ਨੌਜਵਾਨ ਹੋ ਪਰਚਾ ਦੇ ਦਈਏ ਸ਼ਾਇਦ ਕੱਲ੍ਹ ਧਰਨੇ 'ਤੇ ਨਾ ਜਾਊਗਾ, ਜਿਨ੍ਹਾਂ ਨੇ ਗਾਇਕਾਂ ਨੇ ਗਾਣੇ ਲਿਖੇ ਨੇ ਬੋਲੇ ਨੇ ਈਡੀ ਉਹਨਾਂ ਦੇ ਪਿੱਛੇ ਪੈ ਗਈ ਹੈ। ਹਾਂ ਮੈਂ ਸੁਣਿਆ ਜੀ ਕਹਿੰਦੇ ਸ੍ਰੀ ਬਰਾੜ 'ਤੇ ਪਰਚਾ ਕੀਤਾ ਇਹਨਾਂ ਨੇ, ਹੈ ਨਾ ਉਹ ਕਿਸਾਨ ਐਂਥਮ ਨੂੰ ਲੈ ਕੇ ਥੋੜ੍ਹਾ ਗੁੱਸਾ ਸੀਗਾ, ਪਰ ਕੋਈ ਨਹੀਂ ਪਰਚਿਆਂ ਨਾਲ ਮਜ਼ਬੂਤ ਹੁੰਦੇ ਨੇ, ਜਿੰਨੀ ਜ਼ਿਆਦਾ ਇਹ ਤਸੱਦਦ ਕਰਨਗੇ ਸਾਡੇ 'ਤੇ ਲਾਠੀ ਚਾਰਜ ਕਰਨਗੇ ਜਾਂ ਸਾਨੂੰ ਰੋਕਣ ਦੀ ਕੋਸ਼ਿਸ਼, ਉਨੀ ਸਾਡੇ ਅਸੀਂ ਮਜ਼ਬੂਤ ਹੁੰਦੇ ਚਲੇ ਜਾਵਾਂਗੇ, ਕਿਉਂਕਿ ਜਦ ਤੱਕ ਜ਼ੁਲਮ ਨਹੀਂ ਹੋਏਗਾ ਉਹਨੂੰ ਸਹਿਣ ਦੀ ਵੀ ਮਤਲਬ ਉਹ ਨਹੀਂ ਬਣੇਗੀ, ਹੈ ਨਾ ਵੀ ਜਿੰਨਾ ਮਰਜ਼ੀ ਜ਼ੁਲਮ ਕਰੋ ਅਸੀਂ ਸਹੀ ਜਾਵਾਂਗੇ, ਹੋਰ ਪੱਕੇ ਹੋਈ ਜਾਵਾਂਗੇ। ਸੰਵਿਧਾਨ ਨੂੰ ਕਿੱਦਾਂ ਦੇਖਦੇ ਹੋ, ਸਹੀ ਪਾਲਣਾ ਹੋ ਰਿਹਾ ਸੰਵਿਧਾਨ 'ਚ, ਸਾਨੂੰ ਹੱਕ ਮਿਲਦੇ ਨੇ ਸੰਵਿਧਾਨ ਦੇ ਤਹਿਤ? ਨਾ ਜੀ ਨਾ ਕੋਈ ਸੰਵਿਧਾਨ ਦੀ ਕੋਈ ਪਾਲਣਾ ਨਹੀਂ ਹੋ ਰਹੀ ਹੈ, ਤਾਂ ਹੁਣ ਮੈਂ ਖਿਆਲ ਕੱਲ੍ਹ ਨੂੰ ਰਿਜ਼ਲਟ ਵੀ ਹੈ ਸੁਪਰੀਮ ਕੋਰਟ ਦਾ, ਅਸੀਂ ਬੜੀ ਇੱਜ਼ਤ ਕਰਦੇ ਹਾਂ ਸੁਪਰੀਮ ਕੋਰਟ ਦੀ, ਕਰਦੇ ਜਦ ਤੱਕ ਸਾਡੇ ਹੱਕ ਦੀ ਗੱਲ ਕਰੇਗਾ, ਜਾਂ ਸੋਚੇਗਾ ਵੀ ਸੁਪਰੀਮ ਕੋਰਟ ਕੱਲ੍ਹ ਨੂੰ ਫੈਸਲਾ ਕਰ ਦੇਗਾ ਵੀ ਹਾਂ ਇਹਨੂੰ ਉਠਾ ਦਿਓ ਇੱਥੋਂ, ਭੁੱਲ ਜੇ ਸੁਪਰੀਮ ਕੋਰਟ ਵੀ ਉੱਠਣਾ ਨਹੀਂ ਅਸੀਂ ਇੱਥੋਂ। ਅੱਛਾ, ਲੋਕਤੰਤਰ 'ਚ ਲੋਕ ਵੱਡੇ ਹੁੰਦੇ ਨੇ, ਜਦੋਂ ਸਾਰੇ ਲੋਕ ਇੱਕ ਪਾਸੇ ਹੋ ਜਾਣ, ਪਹਿਲਾਂ ਆਤੰਕਵਾਦੀ ਕਿਹਾ ਗਿਆ, ਫਿਰ ਫੌਜੀ ਆ ਗਏ, ਫਿਰ ਗੋਦੀ ਮੀਡੀਆ ਚੁੱਪ ਹੋ ਗਿਆ, ਆਈਟੀ ਸੈੱਲ ਵਾਲੇ ਬੋਲਦੇ ਨੇ, ਜਦੋਂ ਲੋਕਤੰਤਰ 'ਚ ਲੋਕ ਇੱਕ ਪਾਸੇ ਹੋ ਜਾਂਦੇ ਨੇ, ਜਦੋਂ ਹੰਕਾਰੀ ਸਰਕਾਰ ਹੁੰਦੀ ਹੈ, ਜਦੋਂ ਸਰਕਾਰ ਹੰਕਾਰ ਜਾਵੇ ਨਤੀਜਾ ਕੀ ਹੁੰਦਾ, ਇਤਿਹਾਸ ਆਪਾਂ ਦੇਖਦੇ ਆਏ ਹਾਂ। ਸਾਰਿਆਂ ਨੇ ਦੇਖਿਆ ਜੀ ਜਿਹੜੇ ਜਿਹੜੇ ਹੰਕਾਰੀ ਸੀ, ਔਰੰਗਜ਼ੇਬ ਸੀ, ਹੈ ਨਾ ਕੀ ਕਰਿਆ ਸੀ, ਹੈ ਨਾ ਆਪਣੇ ਗੁਰੂ ਸਾਹਿਬਾਂ ਨੇ, ਸਭ ਦਾ ਸੱਤਿਆਨਾਸ਼ ਹੋਇਆ, ਵੀ ਜਿਹਨੇ ਜਿਹੇ ਹੰਕਾਰ ਬੜਿਆ, ਰਾਵਣ ਸੀ, ਹੰਕਾਰੀ ਸੀ, ਉਹਦਾ ਵੀ ਇੱਕ ਟਾਈਮ ਜਾਣਤਾ ਆਇਆ, ਇਹ ਹੰਕਾਰ ਸੀ ਜੀ, ਪਹਿਲਾਂ ਲੋਕਾਂ ਨੂੰ ਪਤਾ ਨਹੀਂ ਸੀ, ਹੁਣ ਪਤਾ ਲੱਗ ਗਿਆ, ਇਹਦਾ ਅੰਤ ਦੀ ਅੰਤ ਹੀ ਚੱਲ ਰਿਹਾ ਇਹਦਾ, ਮੋਦੀ ਦਾ ਹੁਣ ਅੰਤ ਹੀ ਹੋਣਾ ਇਹਦਾ, ਇਹਦੇ ਬਾਅਦ ਮਤਲਬ ਕਦੇ ਵੀ ਦੁਬਾਰਾ ਮੁੜ ਕੇ ਬੀਜੇਪੀ ਸਰਕਾਰ ਆਪਣੇ ਦੇਸ਼ 'ਚ ਨਹੀਂ ਬਣੇਗੀ। ਕਰਨਾਟਕਾ ਤੋਂ ਕੁਛ ਵਿਅਕਤੀ ਆਏ ਸੀ ਸ਼ਹੀਦ ਭਗਤ ਸਿੰਘ ਦੇ ਸੁਭਾਸ਼ ਚੰਦਰ ਬੋਸ ਦੀ ਕਿਤਾਬਾਂ ਇੱਥੇ ਵੰਡ ਰਹੇ ਸੀ, ਜ਼ਿਕਰ ਕੀਤਾ ਕਿ ਮਹਾਤਮਾ ਗਾਂਧੀ ਦੀ ਕਿਉਂ ਨਹੀਂ, ਕਹਿੰਦੇ ਆਜ਼ਾਦੀ ਲੈਣ ਵਾਸਤੇ ਸ਼ਸਤਰ ਚੱਕ ਕੇ ਗਏ ਸੀ, ਭਗਤ ਸਿੰਘ ਫਾਂਸੀ 'ਤੇ ਚੜ੍ਹੇ ਸੀ ਤਾਂ ਆਜ਼ਾਦੀ ਆਏ ਸੀ, ਲੱਗਦਾ ਕਿ ਬੈਠ ਕੇ ਮਸਲਾ ਹੱਲ ਹੋ ਜੂਗਾ ਟੇਬਲ ਉੱਤੇ ਸ਼ਾਂਤਪੂਰਵਕ? ਸਾਰੀ ਚੀਜ਼ ਜ਼ਰੂਰੀ ਹੁੰਦੀ ਹੈ ਜੀ, ਦੋਨੋਂ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ, ਸ਼ਾਂਤੀ ਵੀ ਜ਼ਰੂਰੀ ਹੁੰਦੀ ਹੈ, ਭਗਤ ਸਿੰਘ ਵਾਲੀ ਸੋਚ ਵੀ ਜ਼ਰੂਰੀ ਹੁੰਦੀ ਹੈ, ਤਾਂ ਅਸੀਂ ਸਾਰਿਆਂ ਨੂੰ ਰਲ ਮਿਲ ਕੇ, ਕਿਉਂਕਿ ਅੰਦੋਲਨ ਬਹੁਤ ਹੋਏ ਨੇ, ਉਹਨਾਂ ਤੋਂ ਸਿੱਖ ਸਿੱਖ ਕੇ ਤਾਂ ਇੱਥੇ ਪਹੁੰਚੇ ਹੈ ਨਾ, ਜਿਹੜੇ ਸਾਡੇ ਬਜ਼ੁਰਗ ਨੇ ਸਾਨੂੰ ਦੱਸਦੇ ਨੇ, ਤਾਂ ਅਸੀਂ ਸਾਰਿਆਂ ਦਾ ਸਨਮਾਨ ਕਰਦੇ ਹਾਂ, ਵੀ ਸਾਰੇ ਦੇਸ਼ ਦੀ ਲੜਾਈ 'ਚ ਸਭ ਦਾ ਯੋਗਦਾਨ ਸੀ, ਤਾਂ ਅੱਗੇ ਵੀ ਮਤਲਬ ਉਹਨਾਂ ਦੀ ਉਹ ਅਸੀਂ ਮਤਲਬ ਰਾਹ 'ਤੇ ਚੱਲੇ ਹੋਏ ਹਾਂ, ਅਸੀਂ ਦੇਸ਼ ਆਪਣੇ ਦੇਸ਼ ਨੂੰ ਇੱਕ ਆਜ਼ਾਦ ਕਰਨ ਦੀ ਲੜਾਈ ਅਸੀਂ ਲੜ ਰਹੇ ਹਾਂ, ਆਪਣੇ ਹੱਕਾਂ ਦੀ, ਆਪਣੇ ਕੌਮ ਨੂੰ ਬਚਾਉਣ ਦੀ, ਅਸੀਂ ਪੂਰੇ ਤਨ ਮਨ ਨਾਲ ਇੱਥੇ ਲੜਾਂਗੇ, ਚਾਹੇ ਇੱਥੋਂ ਨਾਰਾ ਦੇ ਦਿੱਤਾ ਜਿੱਤਾਂਗੇ ਜਾਂ ਮਰਾਂਗੇ, ਬਸ ਉਹੀ ਹੈ ਜੀ, ਹੁਣ ਉਸੇ ਨਾਰੇ ਨੂੰ ਫੋਲੋ ਕਰਦੇ ਹੋਏ ਜਿੱਤਾਂਗੇ ਜਾਂ ਮਰਾਂਗੇ ਬਸ। ਤੁਸੀਂ ਕਿਸੇ ਇੱਕ ਚੱਲੇ ਹੋ, ਪਰਚੇ ਵੀ ਤੁਹਾਡੇ ਦੇ ਹੋਏ ਨੇ, ਕਹਿੰਦੇ ਕੋਈ ਨਾ ਕੋਈ ਕਿਸਾਨੀ ਧਰਨੇ 'ਚ ਆ ਰਿਹਾ, ਕੁਛ ਨਾ ਕੁਛ ਸਿੱਖ ਕੇ ਜਾ ਰਹੇ ਹੋ, ਤੁਹਾਨੂੰ ਕੀ ਸਿੱਖ ਮਿਲੀ ਆ? ਸਿੱਖਣ ਨੂੰ ਮਿਲਿਆ ਹੱਕਾਂ ਦੀ ਲੜਾਈ, ਕਿਵੇਂ ਪਹਿਲਾਂ ਲੋਕ ਡਰਦੇ ਸੀ ਵੀ ਹਾਂ ਵੀ ਪੁਲਿਸ ਐਂ ਕਰਦੇਗੀ ਜੇ ਤੁਸੀਂ ਆਵਾਜ਼ ਉਠਾਓਗੇ, ਹੁਣ ਸਾਰੇ ਦੇ ਸਾਰੇ ਆਉਂਦੇ ਨੇ ਇੱਥੇ, ਸਭ ਨੂੰ ਪਤਾ ਲੱਗਿਆ ਹੱਕ ਕਿਵੇਂ ਲੈਣੇ, ਬਹੁਤ ਬੜੀ ਸ਼ੁਰੂਆਤ ਹੋਣੀ ਹੈ ਪੋਜ਼ੀਟਿਵ, ਵੀ ਸਭ ਨੂੰ ਪਤਾ ਲੱਗਿਆ ਸਾਨੂੰ ਜੀਣ ਦਾ ਅਧਿਕਾਰ ਹੈ, ਸਾਡੀਆਂ ਵੀ ਮਤਲਬ ਜ਼ਰੂਰਤਾਂ ਨੇ, ਅਸੀਂ ਵੀ ਚਾਹੁੰਦੇ ਹਾਂ ਸਾਡੇ ਬੱਚੇ ਬੜੀਆਂ ਸਕੂਲਾਂ 'ਚ ਹੋਣ, ਬੜੀਆ ਸਾਡੇ ਕੋਲ ਰਹਿਣ ਨੂੰ ਸਹੂਲਤਾਂ ਹੋਣ, ਬੜੀਆਂ ਗੱਡੀਆਂ ਹੋਣ, ਕਿਉਂ ਸਾਡੀ ਕਿਸਾਨੀ, ਅਸੀਂ ਮਿਹਨਤ ਕਰਦੇ ਹਾਂ 24 ਘੰਟੇ ਆਪਣੇ ਖੇਤਾਂ 'ਚ, ਸਾਨੂੰ ਮਿਲਣਾ ਚਾਹੀਦਾ, ਅਸੀਂ ਇਹ ਸਿੱਖਦੇ ਹਾਂ ਵੀ ਕਿਵੇਂ ਆਪਣੇ ਹੱਕ ਲੈਣੇ ਨੇ, ਕਿਵੇਂ ਭਾਈਚਾਰਾ ਇੱਥੇ ਬਣਿਆ, ਸਾਰੇ ਧਰਮ ਇੱਕ ਬਰਾਬਰ ਨੇ, ਤਾਂ ਇਹ ਸਾਰੀ ਚੀਜ਼ਾਂ ਇੱਥੋਂ ਸਿੱਖ ਕੇ ਜਾਵਾਂਗੇ, ਪੋਜ਼ੀਟਿਵ ਚੀਜ਼ ਲਈ ਸਾਰੇ ਬੰਦੇ ਲੈ ਕੇ ਜਾਂਦੇ ਨੇ ਇੱਥੋਂ। ਅੱਜ ਕੱਲ੍ਹ ਜਿਸ ਨੂੰ ਜ਼ਿਆਦਾ ਦਬਾਇਆ ਜਾਂਦਾ ਨਾ, ਉਹ ਬੈਂਕ ਬਾਊਂਸ ਕਰਦਾ, ਆਪਾਂ ਦੇਖਿਆ ਜਿਕਰ ਸਪਰਿੰਗ ਹੁੰਦਾ ਉਹਨੂੰ ਜਿੰਨਾ ਨੱਪਾਂਗੇ ਉਹ ਉਨਾ ਜਾ ਕੇ ਵੱਜਦਾ, ਜਿੰਨਾ ਸਰਕਾਰ ਨੇ ਨੱਪਣ ਦੀ ਕੋਸ਼ਿਸ਼ ਕੀਤੀ ਲੱਗਦਾ ਕਿ ਉਹਨਾਂ ਬੈਂਕ ਬਾਊਂਸ ਹੋਇਆ। ਹਾਂ, ਇਹਨਾਂ ਨੂੰ ਸਾਨੂੰ ਮਜ਼ਬੂਤ ਇਹਨਾਂ ਨੇ ਕੀਤਾ, ਨਾ ਇਹ ਬੈਰੀਗੇਡ ਰੋਕਦੇ ਸਾਨੂੰ ਬਰਾੜੀ ਗਰਾਊਂਡ 'ਚ ਰੱਖ ਲੈਂਦੇ, ਸਾਡਾ ਬਣਨਾ ਹੀ ਕੁਛ ਨਹੀਂ ਸੀ, ਇਹਨਾਂ ਨੇ ਰੋਕ ਕੇ ਹੋਰ ਸਿੰਪਤੀ ਮਿਲੀ, ਹੈ ਨਾ ਵੀ ਹਾਂ ਵੀ ਗਲਤ ਹੋ ਰਿਹਾ, ਕਿਉਂਕਿ ਉਹਨੂੰ ਪਤਾ ਸੀ ਅਗਰ ਇਹ ਸਹੀ ਸੀ ਤਾਂ ਇਹਨੇ ਰੋਕਦੇ ਨਹੀਂ, ਸਾਨੂੰ ਸਮਝਾਉਂਦੇ ਇੱਥੇ ਆਇਆਂ ਨੂੰ ਵੀ ਇਹ ਵੀ ਕਾਨੂੰਨ ਠੀਕ ਨੇ, ਇਹਨਾਂ ਨੂੰ ਪਤਾ ਵੀ ਅਸੀਂ ਗਲਤ ਕਰ ਰਹੇ ਹਾਂ, ਮੈਨੂੰ ਰੋਕੋ ਇੱਥੇ ਆਉਣ ਨਹੀਂ ਦੇਣਾ, ਆਵਾਜ਼ ਉਠਾਉਣ ਨਹੀਂ ਦੇਣੀ, ਇਸੇ ਕਰਕੇ ਅਸੀਂ ਸਰਕਾਰਾਂ ਨੇ ਹੀ ਮਜ਼ਬੂਤ ਕੀਤੇ, ਚਾਹੇ ਪਰਚੇ ਪਾ ਕੇ ਚਾਹੇ ਘਰਾਂ 'ਚੋਂ ਪੁਲਿਸ ਭੇਜ ਕੇ, ਸਾਡੇ ਤਾਂ ਘਰ ਦੇ ਹੁਣ ਮੇਰੀ ਮਾਤਾ ਵੀ ਜਦ ਵੀ ਨਾ ਪੁਲਿਸ ਪਾਲਸ ਵਾਲੇ ਗੇਟ ਜਾਂਦੇ ਨੇ ਨਾ ਡੰਡਾ ਲੈ ਕੇ ਸਵਾਗਤ ਕਰਦੇ ਉਹਨਾਂ ਦਾ, ਵੀ ਬਾਹਰ ਨਿਕਲੋ ਅੰਦਰ ਨਹੀਂ ਵੜੋ, ਡਰੀ ਲਾ ਤਾਂ ਸਰਕਾਰ ਨੇ, ਮਤਲਬ ਇਹੀ ਹੈ ਵੀ ਜਿੰਨੇ ਜ਼ਿਆਦਾ ਤੁਸੀਂ ਸਾਡੇ ਜ਼ੁਲਮ ਕਰੋਗੇ ਉਨੇ ਜ਼ਿਆਦਾ ਅਸੀਂ ਪੱਕੇ ਹੁੰਦੇ ਚਲੇ ਜਾਵਾਂਗੇ। ਵੀ ਜਿਵੇਂ ਮੈਂ ਜ਼ਿਕਰ ਕਰਦਾ ਹੁੰਦਾ ਕਿ ਸਰਕਾਰਾਂ ਜਿੰਨਾ ਜ਼ੁਲਮ ਕਰਦੀਆਂ ਨੇ ਬੰਦੇ ਵੀ ਉਨੇ ਸਟਰੋਂਗ ਹੁੰਦੇ ਨੇ, ਕਹਿ ਵੀ ਦੇਣੇ ਕਿ ਬਹੁਤ ਧੰਨਵਾਦ ਹੀ ਕਰਦੇ ਹਾਂ ਬੀਜੇਪੀ ਦਾ ਕਿ ਸਾਨੂੰ ਇਕੱਠਾ ਕਰ ਦਿੱਤਾ, ਹੁਣ ਇਕੱਠੇ ਹੋ ਕੇ ਚੱਲਣਾ, ਇਕੱਠੇ ਹੋ ਕੇ ਸਾਰੇ ਦੇਖੋ ਹਰਿਆਣਾ ਪੰਜਾਬ ਇੱਥੇ ਇਕੱਠਾ, ਇਹਨਾਂ ਨੇ ਇੰਨੀ ਫੁੱਟ ਪਾਈ ਹੋਈ ਸੀ, ਮਾਸੀ ਤਾਂ ਪਾਣੀ ਕਦੇ ਮੰਗਿਆ ਨਹੀਂ, ਸਾਰੇ ਧਰਮ ਇਕੱਠੇ ਹੋ ਗਏ, ਕਹਿੰਦੇ ਸੀ ਐਂ ਮੁਸਲਮਾਨ ਐਂ ਸਿੱਖ ਐਂ ਹਿੰਦੂ, ਠੀਕ ਹੈ ਹੁਣ ਹਿੰਦੂ ਵੀ ਨੇ ਜਿਹੜੇ ਉਹ, ਅਸੀਂ ਹਿੰਦੂ ਵੀ ਹੈਗੇ ਹਾਂ, ਅਸੀਂ ਸਰਦਾਰ ਵੀ ਹੈਗੇ ਹਾਂ, ਅਸੀਂ ਮੁਸਲਮਾਨ ਭਾਈਚਾਰੇ ਨੂੰ ਵੀ ਪਿਆਰ ਕਰਦੇ ਹਾਂ, ਸਾਡੇ ਘਰ ਦੇਵੀ ਦੀ ਫੋਟੋ ਵੀ ਹੈਗੀ, ਸਾਡੇ ਘਰ ਗੁਰੂ ਮਹਾਰਾਜ ਦੀ ਫੋਟੋ, ਅਸੀਂ ਕੋਈ ਕੱਟਰ ਨਹੀਂ ਹੈਗੇ ਵੀ ਹਾਂ ਵੀ ਅਸੀਂ ਕੱਟਰ ਹਾਂ, ਠੀਕ ਹੈ
ਸਰਕਾਰਾਂ ਕੀ ਅਲੱਗ ਅਲੱਗ ਰੱਖ ਕੇ ਰਾਜ ਕਰਨਾ ਚਾਹੁੰਦੀਆਂ ਨੇ ਕਿ ਸਰਕਾਰਾਂ ਨੂੰ ਪਤਾ ਕਿ ਪਾੜ ਕੇ ਰੱਖੋ ਤਾਂ ਉਹਨਾਂ ਨੂੰ ਪੰਜਾਬ ਤੇ ਹਰਿਆਣਾ ਨੂੰ ਰਾਜ ਅਸੀਂ ਕਰੀ ਜਾਵਾਂਗੇ, ਕਦੀ 500 ਦੀ ਟਰਮ ਆ ਗਈ, ਕਦੀ 500 ਉਹਦੀ ਆ ਗਈ। ਇਹਨਾਂ ਨੇ ਕਰਦੇ ਨੇ, ਉਹਨਾਂ ਇਹਨਾਂ ਨੇ ਪਿੱਛੇ ਧਰਨੇ ਵੀ ਦਿੱਤੇ, ਸਾਰੇ ਭਜਾਏ ਹਰਿਆਣੇ 'ਚੋਂ SBI ਦੇ ਧਰਨੇ ਦੇ ਕੇ ਵੀ ਉਹਨਾਂ ਨੂੰ ਪਾੜ ਦਿਓ ਹਰਿਆਣੇ ਪੰਜਾਬ। ਇਹ ਭਾਈ ਨੇ ਉਹ ਮਤਲਬ ਚਲੋ ਇਹ ਪੁਰਾਣੀ ਮਤਲਬ ਲਕੀਰਾਂ ਪੈ ਗਿਆ ਸੀ, ਪਰ ਅਸੀਂ ਅੱਜ ਵੀ ਇਕੱਠੇ ਸੀ, ਸਾਡੀ ਸੋਚ ਕੱਲ੍ਹ ਵੀ ਇਕੱਠੇ ਸੀ, ਅਸੀਂ ਇਕੱਠੇ ਹਾਂ। ਅਸੀਂ ਤਾਂ ਇਹ ਚਾਹੁੰਦੇ ਵੀ ਹਰਿਆਣਾ ਪੰਜਾਬ ਇੱਕ ਹੋਵੇ, ਵੀ ਅਸੀਂ ਭਾਈਚਾਰੇ ਵਾਂਗੂ ਰਹੀਏ ਸਾਰੇ ਦੇ ਸਾਰੇ, ਵੀ ਹੁਣ ਤਾਂ ਭਾਈਚਾਰੇ ਵਾਂਗੂ ਰਹਿ ਰਹੇ, ਵੀ ਅੱਗੇ ਆਉਣ ਵਾਲੇ ਟਾਈਮ 'ਚ ਵੀ ਹਰਿਆਣਾ ਪੰਜਾਬ ਨੂੰ ਇੱਕ ਕਰੋ। ਬਾਕੀ ਕੱਢ ਸਾਡਾ ਕੋਈ ਪਾਣੀ ਦਾ ਮਸਲਾ ਨਹੀਂ ਹੈਗਾ, ਕੁਛ ਨਹੀਂ ਹੈਗਾ, ਵੀ ਅਸੀਂ ਸਾਰੇ ਇੱਥੇ ਇਕੱਠੇ ਨੇ, ਵੀ ਸਾਰੇ ਇਕੱਠੇ ਹੋ ਕੇ ਅੱਜ ਖੱਟੜੀ ਦਾ ਵਿਰੋਧ ਹੋ ਰਿਹਾ ਔਰ ਸਟੇਜ ਉਹਨਾਂ ਦੀ ਜਿਹੜੀ ਤੋੜ ਦਿੱਤੀ ਗਈ ਹੈ। ਕਿਸਾਨ ਪਹੁੰਚ ਗਏ ਉੱਥੇ, ਕਹਿੰਦੇ ਵੀ ਅਸੀਂ ਸਟੇਜ ਤੋਂ ਬੋਲਣ ਨਹੀਂ ਦੇਣਾ ਜਦ ਤੱਕ ਸਾਡੇ ਮਸਲੇ ਹੱਲ ਨਹੀਂ ਹੁੰਦੇ। ਸਰਕਾਰ ਨੂੰ ਪਤਾ ਲੱਗ ਗਿਆ ਕਿ ਲੋਕਤੰਤਰ 'ਚ ਲੋਕ ਵੱਡੇ ਹੁੰਦੇ ਨੇ। ਬਿਲਕੁਲ, ਪਹਿਲਾਂ ਵਾਲੇ ਆਏ ਸੀ, ਪੂਰੇ ਡੰਡੇ ਨਾਲ ਸਵਾਗਤ ਕੀਤਾ ਸੀ, ਤੁਸੀਂ ਵੀਡੀਓ ਦੇਖ ਲਿਓ ਉਹਦੀ। ਅੱਜ ਕਿਵੇਂ ਦੇ ਹੈਲੀਕਾਪਟਰ ਪਿੱਛੇ ਪਏ? ਅੱਜ ਕੈਮ ਵਾਲਾ ਗਾਉਂ ਹੈ ਜੀ, ਤੇ ਕਰਨਾਲ ਦੇ ਨੇੜੇ ਉੱਥੇ ਆਇਆ ਸੀ, ਕਰਿਆ ਪੂਰਾ ਸਵਾਗਤ, ਟੈਂਟ ਟੁੰਟ ਪਾੜੇ ਸਾਰਾ, ਪੂਰਾ ਮਤਲਬ ਜ਼ਬਰਦਸਤ ਵਿਰੋਧ ਕੀਤਾ। ਅਸੀਂ ਨਹੀਂ ਇਹਨਾਂ ਨੂੰ ਬਣ ਦਿੰਦੇ, ਸਾਨੂੰ ਪਤਾ ਲੱਗਿਆ ਇਹਨਾਂ ਦਾ ਵੀ ਇਹ ਮਤਲਬ ਕਹਿੰਦੇ ਕਿਸਾਨ ਤਾਂ ਇੱਥੇ ਆਏ ਨਹੀਂ ਪੜ੍ਹਨ, ਕਿਹੜਾ ਨਸ਼ਾ ਕਰਦਾ ਇਹ ਖੱਟਰ, ਇਹ ਤਾਂ ਸਭ ਤੋਂ ਮੂਰਖ ਮੁੱਖ ਮੰਤਰੀ 3-4 ਵਾਰ ਦੇ ਨੇ ਹਰਿਆਣਾ 'ਚ ਲਾਤਾ ਸਾਡਾ, ਠੀਕ ਹੈ। ਇਹਨੂੰ ਬਿਲਕੁਲ ਵੀ, ਅਸੀਂ ਤਾਂ ਇਹੀ ਚਾਹੁੰਦੇ ਹਾਂ ਵੀ ਇਹਨੂੰ ਮਤਲਬ ਸਾਈਡ 'ਚ ਕਰੋ, ਵੀ ਇਹ ਸਾਡਾ ਹਰਿਆਣਾ ਨਹੀਂ ਚਲਾ ਸਕਦਾ ਇਹ। ਹਾਂਜੀ, ਜੇ ਸਿਓ ਸਾਡੀ ਗੱਲ ਬਸ ਸੁਣੀ, ਸਾਡੇ ਨਾਲ ਮੌਜੂਦ ਸਨ ਨਵਦੀਪ, ਉਹੀ ਨੌਜਵਾਨ ਹੈ ਜਿਨ੍ਹਾਂ ਨੇ ਵੈਟਰ ਕਹਿਣ ਦਾ ਮੂੰਹ ਮੋੜਿਆ ਸੀ। ਪਰਚੇ ਦਰਜ ਹੋ ਗਏ ਨੇ ਇਹਨਾਂ ਦੇ ਉੱਤੇ, ਭਾਈ ਦੇ ਉੱਤੇ ਵੀ ਹੋ ਗਏ ਨੇ, ਪਿਤਾ ਦੇ ਵੀ ਹੋ ਗਏ ਨੇ, ਤਾਂ ਲਗਾਤਾਰ ਜਿਹੜਾ ਰੋਹ ਵੱਧਦਾ ਜਾ ਰਿਹਾ, ਸਭ ਤੋਂ ਮੂਹਰੇ ਲੱਗਣਗੇ। ਉਹਦੇ ਇੱਕ ਜਥੇਬੰਦੀਆਂ ਨੂੰ ਉਹਨਾਂ ਨੇ ਗੱਲ ਕਹੀ ਹੈ ਕਿ 26 ਨੂੰ ਨਹੀਂ 24 ਜਾਣਾ ਚਾਹੀਦਾ। ਹੋ ਸਕਦਾ ਕਿ ਜੇ 24 ਨੂੰ ਜਾਂਦੇ ਜਾਂਦੇ ਰੋਕ ਲਿਆ ਜਾਵੇਗਾ, 25 ਜਾਂ 26 ਤੱਕ ਪਹੁੰਚ ਜਾਣਗੇ, 26 ਨੂੰ ਜਾਣਗੇ ਤਾਂ 4-5 ਘੰਟੇ ਵੈਸੇ ਹੀ ਲੱਗ ਜਾਣੇ ਨੇ। ਤਾਂ ਇਹ ਜਥੇਬੰਦੀਆਂ ਨੂੰ ਇਹਨਾਂ ਨੇ ਹੱਥ ਜੋੜ ਕੇ ਕਿਹਾ ਕਿ ਤਰੀਕ ਬਦਲ ਦਿੱਤੀ ਜਾਵੇ ਅਤੇ ਸਮਾਂ ਵੀ ਬਦਲ ਦਿੱਤਾ ਜਾਵੇ। ਤਾਂ ਸਾਨੂੰ ਲੱਗਦਾ ਜੁੜੇ, ਤੁਹਾਨੂੰ ਅਸੀਂ ਪੰਜਾਬ ਨਿਊਜ਼ ਦਾ ਲਗਾਤਾਰ ਹੀ ਕਿਸਾਨੀ ਸੰਘਰਸ਼ ਨੂੰ ਲੈ ਕੇ ਅਪਡੇਟ ਦਿੰਦੇ ਰਹਾਂਗੇ।